ਪੰਜਾਬ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਕਿ ਵਿਕਾਸ ਬੱਗਾ, ਜਿਨ੍ਹਾਂ ਦਾ ਮਰਡਰ 13 ਤਰੀਕ ਨੂੰ ਨੰਗਲ ਦੇ ਵਿੱਚ ਹੋਇਆ ਸੀਗਾ, ਉਸ ਕੇਸ ਨੂੰ ਸੋਲਵ ਕਰਦੇ ਹੋਏ ਰੋਪੜ ਪੁਲਿਸ ਅਤੇ SSOC ਮੋਹਾਲੀ ਦੀ ਜੁਆਇੰਟ ਇਨਵੈਸਟੀਗੇਸ਼ਨ ਟੀਮ ਨੇ 2 ਗ੍ਰਿਫਤਾਰੀਆਂ ਕੀਤੀਆਂ। ਇਸ ਦੇ ਵਿੱਚ ਮਨਦੀਪ ਕੁਮਾਰ ਏਲੀਅਸ ਮਾਂਗੀ ਅਤੇ ਸੁਰਿੰਦਰ ਕੁਮਾਰ ਏਲੀਅਸ ਰਿੰਕਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕ੍ਰਾਈਮ ਦੇ ਵਿੱਚ ਵਰਤੀ ਹੋਈ ਇੱਕ TVS ਜੁਪੀਟਰ ਸਕੂਟੀ, 2 ਵੈਪਨਸ, 32 ਬੋਰ ਪਿਸਟਲਸ, 16 ਕਾਰਟ੍ਰਿਜਸ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਪ੍ਰੀਲਿਮਰੀ ਇੰਟਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮਰਡਰ ਦੀ ਤਾਰਾਂ ਬਾਹਰੋਂ ਬੈਠੇ ਹੈਂਡਲਰਸ ਨਾਲ ਜੁੜੀਆਂ ਹੈ ਅਤੇ ਪੋਰਤੁਗਲ ਦੇ ਵਿੱਚ ਬੈਠੀ ਐਂਟੀਟੀ ਨੇ, ਜਿਨ੍ਹਾਂ ਦਾ ਨਾਂ ਡਿਸਕਲੋਜ਼ ਨਹੀਂ ਕੀਤਾ ਜਾ ਰਿਹਾ, ਇਹਨਾਂ ਨੂੰ ਕੰਟਰੋਲ ਕੀਤਾ, ਫੰਡਿੰਗ ਕੀਤੀ ਗਈ। ਅਤੇ ਜਿਵੇਂ ਕਿ ਪਿਛਲੀ ਟੈਰਰ ਇਨਵੈਸਟੀਗੇਸ਼ਨ 'ਚ ਆਇਆ ਸੀਗਾ ਕਿ ਮਰਸਨਰੀ ਮੋਟਿਵ ਦੇ ਨਾਲ ਲੋਕਾਂ ਨੂੰ ਮੋਟੀਵੇਟ ਕੀਤਾ ਗਿਆ ਕ੍ਰਾਈਮ ਕਰਨ ਦੇ ਲਈ, ਕਟਆਊਟਸ ਯੂਜ਼ ਕਰਕੇ ਇਸ ਇਨਵੈਸਟੀਗੇਸ਼ਨ ਦੀ ਜਿਹੜੀ ਤਾਰਾ ਹੈਗੀ ਪਾਕਿਸਤਾਨ ਦੀ ISI, ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਟੈਰੋਰਿਸਟ ਆਰਗਨਾਈਜੇਸ਼ਨਸ ਨਾਲ ਜੁੜੀਆਂ ਹੈ। ਇੱਕ ਸਾਇੰਟੀਫਿਕ ਅਤੇ ਸਿਸਟਮੈਟਿਕ ਇਨਵੈਸਟੀਗੇਸ਼ਨ ਦੇ ਨਾਲ ਪੰਜਾਬ ਪੁਲਿਸ ਨੇ 3 ਦਿਨਾਂ ਦੇ ਅੰਦਰ ਇਸ ਕੇਸ ਨੂੰ ਸੋਲਵ ਕਰ ਲਿਆ ਹੈ ਅਤੇ ਦੋਵੇਂ ਸ਼ੂਟਰਸ ਨੂੰ ਗ੍ਰਿਫਤਾਰ ਕੀਤਾ ਹੈ। ਅਤੇ ਪੰਜਾਬ ਪੁਲਿਸ ਇਜ਼ ਕਮਿਟਡ ਟੂ ਮੇਨਟੇਨ ਪੀਸ ਐਂਡ ਹਾਰਮਨੀ ਇਨ ਦਾ ਸਟੇਟ, ਅਤੇ ਇਸ ਇਨਵੈਸਟੀਗੇਸ਼ਨ ਨੂੰ ਲੌਜੀਕਲ ਐਂਡ 'ਤੇ ਲੈ ਜਾ ਕੇ ਇਸ ਦਾ ਪੂਰਾ ਪਰਦਾਫਾਸ਼ ਕੀਤਾ ਜਾਊਗਾ। ਇਸ ਕੌਨਸਪਰੇਸੀ ਦੇ ਪਿੱਛੇ ਜੋ ਜੋ ਇਨਵੋਲਵ ਲੋਕ ਹੈਗੇ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ।